हाँ जी दोस्तों, स्वागत है पिंड तरका टीवी चैनल ते। वीडियो शुरू करने तो पहला बेनती करते हैं भी वीडियो नू बिना अगे लंघाए देखा करो ते अपने दोस्तों मित्रां नाल जरूर सांझी करया करो, क्योंकि जे तुसी सपोर्ट करोगे है ना तां ही अपना जिहड़ा चैनल है वो अगे तो अगे जाऊगा, वधगा, ग्रोथ करूगा। ते इहदा की है, मैनूं तां बेनीफिट हैगा ही हैगा, क्यों कोई भी इत्थे कम है, कोई भी बंदा है ना, ऐ तां हुंदा नहीं वी किसे दे भले खातर ही तुरै फिरदा, उहनूं इह चीज़ दा वी हुंदा वी कितें ना कितें आपदा भला वी जरूर होवे है ना। ते मैं इही बेनती करदा वी जे मैं तुहाडे लई मेहनत करदा, आपदे लई कह सकदे मैं मेहनत करदा है ना, तां की है जिवें कि कहावत सी कहिंदे वी कां सी जिहड़ा उह मझ दे चिचड़ पट रिहा सीगा, ते कां मझ नूं कहिंदा वी देख्या ना मैं तेरे चिचड़ पट पट दई जांदा, ते मझ कहिंदी है कमला ना होवे तां चुप कर, कहिंदी बोली तां नहीं हुंदा तेरा भी ढिड भरी जांदा है ना। उस कहावत वांग भी जे मैं चैनल ते वीडियो पाउना है ना, जे तुहाडे भले दी खातर पाउना तां कितें ना कितें मेरा भी उह चीज़ फायदा हैगा है ना। आपां कोई लोक वाली गल ही नहीं, इह च पता है सारयां नूं वी चैनल बंदा कदी खातर बणाउंदा है ना। ते तां करके बेनती करदे आं वी वीडियो नूं वध तों वध अपने दोस्तां मित्रां नाल सांझी जरूर करया करो, तां जो मैं नुक्ते आप होर हौसले नाल लै के आवां तुहाडे लई है ना, ਤੇ ਨਾਲੇ ਤੁਹਾਡਾ ਭਲਾ ਨਾਲੇ ਮੇਰਾ ਭਲਾ। ਤੇ ਅੱਜ ਆਪਾਂ ਜਿਹੜੀ ਵੀਡੀਓ ਬਣਾਈ ਆ ਇਹ ਮੈਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਚੱਲ ਰਹੀ ਸੀਗੀ, ਤੇ ਡਾਕਟਰ ਸਾਹਿਬ ਆ ਗਏ, ਉਹ ਟੀਕਾ ਲਾ ਰਹੇ ਆ, ਇੰਜੈਕਸ਼ਨ ਲਾ ਰਹੇ ਆ ਮੱਝ ਦੇ, ਤੇ ਤੁਸੀਂ ਵੀਡੀਓ ਗੌਰ ਨਾਲ ਦੇਖੋ, ਮੈਨੂੰ ਬੜੀ ਚੰਗੀ ਵੀਡੀਓ ਲੱਗੀ ਤਾਂ ਕਰਕੇ ਮੈਂ ਤੁਹਾਡੇ ਨਾਲ ਸਾਂਝੀ ਕਰ ਦਾਂਗਾ। ਜਿਵੇਂ ਆਪਾਂ ਇਨਸਾਨਾਂ ਦੇ ਟੀਕਾ ਲਾਉਂਦੇ ਹਾਂ, ਪਹਿਲੀ ਗੱਲ ਤਾਂ ਡਾਕਟਰ ਸਾਹਿਬ ਉਵੇਂ ਇੰਜੈਕਸ਼ਨ ਲਾ ਰਹੇ ਆ ਮੱਝ ਦੇ ਹੈ ਨਾ, ਤੇ ਦੂਜੀ ਗੱਲ ਕੀ ਹੈ ਵੀ ਮੱਝ ਵੀ ਜਿਹੜੀ ਹੈਗੀ ਆ ਉਹ ਜਮਾ ਹੈਲਦੀ ਨਹੀਂ, ਕਿਸੇ ਨੇ ਬੰਨੀ ਨਹੀਂ, ਕਿਸੇ ਨੇ ਨੂੜੀ ਨਹੀਂ ਹੈ ਨਾ, ਚੰਗੀ ਤਰ੍ਹਾਂ ਖੜ ਕੇ ਵਧੀਆ ਇੰਜੈਕਸ਼ਨ ਜਿਹੜਾ ਲਵਾ ਰਹੀ ਹੈ, ਤੇ ਮੇਰੇ ਮਨ ਨੂੰ ਬੜਾ ਚੰਗਾ ਲੱਗਿਆ ਤਾਂ ਕਰਕੇ ਮੈਂ ਤੁਹਾਡੇ ਨਾਲ ਸੋਚਿਆ ਵੀ ਆਪਣੇ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਸਾਂਝੀ ਕਰ ਗਈ ਵੀਡੀਓ। ਤੇ ਆਓ ਆਪਾਂ ਤੁਸੀਂ ਵੀਡੀਓ ਦੇਖੋ ਪਹਿਲਾਂ। ਜੱਟ ਸਾਹਿਬ ਕਾਹਦਾ ਟ੍ਰੀਟਮੈਂਟ ਕਰ ਰਹੇ ਹਾਂ ਜੀ? ਇਹਨੂੰ ਮਸਟੈਰਸ ਹੋ ਗਈ ਜੀ, ਉਹਦੇ ਇੰਜੈਕਸ਼ਨ ਲਾ ਰਹੇ ਹਾਂ। ਹਿੱਲ ਕਿਉਂ ਨਹੀਂ ਰਹੀ, ਜਮਾਂ ਹੀ ਹੈਲਦੀ ਸੂਈ ਲੱਗੀ ਤੇ। ਇਹ ਪੜ੍ਹੀ ਲਿਖੀ ਮੱਝ ਹੈ ਜੀ, ਜਿਵੇਂ ਬੰਦੇ ਇੰਜੈਕਸ਼ਨ ਲਵਾ ਲੈਂਦੇ ਉਵੇਂ ਇਹ ਸਾਡੀ ਪੜ੍ਹੀ ਲਿਖੀ ਮੱਝ ਹੈ, ਇਹ ਲਵਾ ਲੈਂਦੀ ਹੈ। ਦੇਖੋ ਜੀ, ਕੋਈ ਨੂੜਨਾ ਨਹੀਂ, ਕੋਈ ਕੁੱਟਣਾ ਨਹੀਂ, ਇਹਨੂੰ ਇੱਕ ਵਾਰੀ ਆਖਿਆ ਵੀ ਤੇਰਾ ਇਲਾਜ ਕਰਦੇ ਹਾਂ, ਟ੍ਰੀਟਮੈਂਟ ਕਰਦੇ ਹਾਂ, ਤੂੰ ਖੜੀ ਰਹਿ, ਕਹਿੰਦੀ ਕੋਈ ਗੱਲ ਨਹੀਂ ਜੀ ਲਾ ਲਓ। ਇਹ MA BEd ਹੈ, ਲਓ ਜੀ ਦਾ ਟ੍ਰੀਟਮੈਂਟ ਹੋ ਗਿਆ ਕਰਮਾਲੀ ਦਾ। ਦੋਸਤੋ ਵੀਡੀਓ ਦੇਖੀ ਹੈ ਤੁਸੀਂ, ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਵੀਡੀਓ ਲੱਗੀ ਕਿਵੇਂ ਹੈ ਨਾ। ਮੈਨੂੰ ਬਹੁਤ ਚੰਗੀ ਲੱਗੀ ਤਾਂ ਕਰਕੇ ਮੈਂ ਤੁਹਾਨੂੰ ਇਹ ਵੀਡੀਓ ਜਿਹੜੀ ਉਹ ਸਾਂਝੀ ਕਰੀ ਹੈ। ਤੇ ਇੱਕ ਮੈਂ ਬੇਨਤੀ ਕਰਨੀ ਚਾਹੁੰਦਾ ਵੀ ਆਪਾਂ ਜਿਹੜਾ ਫੋਨ ਕਾਲ ਆ ਗਈਆਂ ਬਹੁਤ ਆਉਂਦੀਆਂ ਹੈਗੀਆਂ ਹੈ ਨਾ, ਸਾਰਿਆਂ ਦੇ ਫੋਨ ਚੱਕੇ ਨਹੀਂ ਜਾਂਦੇ ਗੇ, ਤਾਂ ਆਪਾਂ ਇੱਕ ਕੋਸ਼ਿਸ਼ ਕੀਤੀ ਹੈ ਵੀ ਆਪਾਂ ਵਟਸਐਪ ਤੇ ਜਿਹੜਾ ਇੱਕ ਗਰੁੱਪ ਬਣਾਇਆ ਹੈਗਾ ਪਿੰਡ ਤੜਕੇ ਟੀਵੀ ਦੇ ਨਾਂ ਤੇ। ਜੇ ਤੁਸੀਂ ਗਰੁੱਪ ਦੇ ਵਿੱਚ ਐਡ ਹੋਣਾ ਤਾਂ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ, 9987828258 ਮੇਰਾ ਨੰਬਰ ਹੈ, ਜਾਂ ਤਾਂ ਮੈਨੂੰ ਡਾਇਰੈਕਟ ਸਿੱਧਾ ਮੈਸੇਜ ਕਰ ਦਿਓ ਆਪਦਾ ਨਾਂ ਤੇ ਪਿੰਡ ਦਾ ਨਾਂ ਲਿਖ ਕੇ ਹੈ ਨਾ। ਤੇ ਪਹਿਲੀ ਗੱਲ ਤਾਂ ਮੈਂ ਨੰਬਰ ਸੇਵ ਕਰ ਲੂੰਗਾ, ਸੇਵ ਕਰਕੇ ਤੁਹਾਡਾ ਫਿਰ ਮੈਂ ਨੰਬਰ ਆ ਜਿਹੜਾ ਗਰੁੱਪ ਦੇ ਵਿੱਚ ਪਾ ਦੂੰਗਾ ਹੈ ਨਾ। ਤੇ ਕੋਈ ਵੀ ਗੱਲਬਾਤ ਹੈ ਤੁਸੀਂ ਗਰੁੱਪ ਦੇ ਵਿੱਚ ਆ ਜਿਹੜਾ ਉਹ ਮੈਸੇਜ ਕਰਕੇ ਪੁੱਛ ਸਕਦੇ ਹੋ, ਕੋਈ ਨੁਕਤਾ ਪੁੱਛਣਾ, ਕੁਝ ਵੀ ਪੁੱਛਣਾ ਹੈ ਨਾ। ਤੇ ਦੂਜੀ ਗੱਲ ਇਹ ਹੈ ਵੀ ਕੋਈ ਕਿਤੋਂ ਦਾ ਬੰਦਾ, ਕੋਈ ਕਿਤੋਂ ਦਾ ਬੰਦਾ ਹੈ ਨਾ, ਉਹ ਸਾਰੇ ਗਰੁੱਪ ਦੇ ਵਿੱਚ ਜੁੜ ਜਾਣਗੇ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਦੇ ਵੀ ਕਿਸੇ ਨੂੰ ਕਿਸੇ ਏਰੀਏ ਦੀ ਲੋੜ ਪੈਂਦੀ ਹੈ ਨਾ, ਤਾਂ ਉਹ ਗਰੁੱਪ ਦੇ ਵਿੱਚ ਮੈਸੇਜ ਕਰਕੇ ਪੁੱਛ ਸਕਦਾ ਵੀ ਭਾਈ ਮੈਨੂੰ ਆਹ ਏਰੀਏ ਦੇ ਵਿੱਚ ਆਹ ਲੋੜ ਹੈ, ਤਾਂ ਕੋਈ ਬੰਦਾ ਹੈ ਉਧਰਲੇ ਏਰੀਏ ਦਾ ਤਾਂ ਮੈਨੂੰ ਮੈਸੇਜ ਜ਼ਰੂਰ ਕਰੇ ਹੈ ਨਾ।
ਤੇ ਉਹ ਚੀਜ਼ ਦਾ ਵੀ ਜਿਹੜਾ ਹੈਗਾ ਉਹ ਬੈਨੀਫਿਟ ਹੋ ਜਾਊਗਾ। ਤੇ ਦੂਜੀ ਗੱਲ ਇਹ ਆ ਵੀ ਜੇ ਤੁਸੀਂ ਸਿੱਧਾ ਡਾਇਰੈਕਟ ਮੈਸੇਜ ਨਹੀਂ ਵੀ ਕਰਨਾ ਤਾਂ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਆਪਣਾ ਜਿਹੜਾ ਇਹ ਗਰੁੱਪ ਦਾ ਲਿੰਕ ਛੱਡੂਗਾ। ਕਮੈਂਟਾਂ ਜਿੱਥੇ ਹੁੰਦੇ ਆ, ਜਿੱਥੇ ਆਪਾਂ ਕਮੈਂਟ ਕਰਦੇ ਆ, ਆਪਾਂ ਉੱਥੇ ਵੀ ਕਮੈਂਟਾਂ ਦੇ ਵਿੱਚ ਵੀ ਆਪਾਂ ਜਿਹੜਾ ਲਿੰਕ ਹੈ WhatsApp ਦਾ ਉਹ ਜ਼ਰੂਰ ਛੱਡਾਂਗੇ। ਤੇ ਤੁਸੀਂ ਉੱਥੋਂ ਲਿੰਕ ਨੂੰ ਟੱਚ ਕਰਕੇ ਸਿੱਧਾ ਉੱਥੋਂ ਵੀ ਐਡ ਹੋ ਸਕਦੇ ਗਰੁੱਪ ਦੇ ਵਿੱਚ। ਜੇ ਕੋਈ ਪਸ਼ੂ ਵੇਚਣ ਦੀ ਵੀਡੀਓ ਬਣਵਾਉਣੀ ਆ ਜਾਂ ਕਿਸੇ ਵੀ ਫਾਰਮ ਦੀ ਵੀਡੀਓ ਬਣਾਉਣੀ ਆ ਤਾਂ ਵੀ ਤੁਸੀਂ ਮੇਰੇ ਨਾਲ ਸੰਪਰਕ ਜਿਹੜਾ 99888 2858 ਨੰਬਰ ਤੇ ਕਰ ਸਕਦੇ ਹੋ। ਜੀਵਨ ਮੇਰਾ ਨਾਂ ਗਾ, ਪਿੰਡ ਮੇਰਾ ਬੁਰਜ ਲੱਦਾ, ਜ਼ਿਲ੍ਹਾ ਬਠਿੰਡਾ, ਭਗਤੇ ਭਾਈ ਦੇ ਬਿਲਕੁਲ ਨਾਲ ਆ ਮੇਰਾ ਪਿੰਡ, 5 ਕਿਲੋਮੀਟਰ ਤੇ। ਸੁਖਨੰਦ ਪਿੰਡ ਬਹੁਤ ਸੁਣਿਆ ਹੋਊਗਾ, ਸੁਖਨੰਦ ਦੇ ਪਿੰਡ ਦੇ ਨਾਲ ਆ ਜਾਵਾਂ, 1-1.5 ਕਿਲੋਮੀਟਰ ਤੇ। ਤੇ ਵੀਡੀਓ ਦੱਸਿਓ ਜ਼ਰੂਰ ਕਮੈਂਟ ਕਰਕੇ ਕਿਵੇਂ ਲੱਗੀ ਤੇ ਅੱਗੇ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਸਾਂਝੀ ਕਰਿਓ। ਤੇ ਇੱਕ ਗੱਲ ਹੋਰ ਦੱਸ ਦਈਏ, ਆਪਣੇ ਕੋਲ ਜਰਮਨ ਸ਼ੈਫਰਡ ਦੇ ਬੱਚੇ ਆ ਜਿਹੜੇ ਉਹ ਵਿਕਾਊ ਆ, ਸੇਲ ਪਏ ਹੈਗੇ। ਜੇ ਕਿਸੇ ਵੀ ਵੀਰ ਭਰਾ ਨੂੰ ਚਾਹੀਦੇ ਹੋਣ, ਲੌਂਗ ਕੋਟ 'ਚ ਬੱਚੇ ਆ, ਬਹੁਤ ਚੰਗੇ ਬੱਚੇ ਹੈਗੇ। ਜੇ ਕਿਸੇ ਵੀਰ ਭਰਾ ਨੂੰ ਚਾਹੀਦੇ ਹੋਣ ਤਾਂ 99888 2858 2858 ਤੇ ਮੈਨੂੰ ਸੰਪਰਕ ਕਰ ਲਿਓ ਤੇ ਆਪਾਂ ਤੁਹਾਨੂੰ ਸਿੱਧੀ ਡਾਇਰੈਕਟ ਜਿਹੜੀ ਵੀਡੀਓ ਬੱਚਿਆਂ ਦੀ ਲਾਈਵ ਉਸ ਟਾਈਮ ਦੀ ਆਪਾਂ ਤੁਹਾਨੂੰ ਸੈਂਡ ਕਰ ਦੇਂਗੇ। ਵੀਡੀਓ ਮੈਂ ਤਾਂ ਨਹੀਂ ਲਾਈ ਨਾਲ ਕਿਉਂਕਿ ਬੱਚੇ ਫਰਕ ਦਿਨ ਦਿਨ ਫਰਕ ਪੈਂਦਾ ਰਹਿੰਦਾ ਬੱਚਿਆਂ ਦਾ, ਹੈ ਨਾ। ਤੇ ਇੱਥੇ ਵੀਡੀਓ 'ਚ ਹੋਰ ਲੱਗਦੇ ਆ, ਜਦੋਂ ਆਪਾਂ ਮੌਕੇ ਤੇ ਵੇਹਨੇ ਆ ਉਦੋਂ ਹੋਰ ਲੱਗਦੇ ਆ, ਹੈ ਨਾ। ਤਾਂ ਕਰਕੇ ਮੈਂ ਤੁਸੀਂ ਮੈਸੇਜ ਕਰ ਦਿਓ WhatsApp ਤੇ, ਤੁਹਾਨੂੰ ਮੈਂ ਸਿੱਧੀ ਵੀਡੀਓ ਜਿਹੜੀ ਉਹ ਪਾ ਦੂੰਗਾ ਬੱਚਿਆਂ ਦੀ। ਤੇ ਵੀਡੀਓ ਕਿਵੇਂ ਲੱਗੀ ਜ਼ਰੂਰ ਦੱਸਿਓ। ਜੁੜੇ ਰਹੋ ਪਿੰਡ ਤੜਕਾ ਟੀਵੀ ਚੈਨਲ ਦੇ ਨਾਲ, ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ, ਨਵੇਂ ਨੁਕਤੇ ਦੇ ਨਾਲ। ਤਦ ਤੱਕ ਲਈ ਦਿਓ ਇਜਾਜ਼ਤ, ਧੰਨਵਾਦ ਜੀ।